ਆਓ ਅੱਗੇ ਸ਼ੁਰੂ ਕੋਈ ਨਹੀਂ ਗੁਰੂ ਪਿਆਰੇ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਜਗਨਨਾਥਪੁਰੀ ਮੰਦਰ ਦੇ ਬਿਲਕੁਲ ਸਾਹਮਣੇ ਖੜ੍ਹਾ ਹੈ ਇੱਕ ਵਾਰੀ ਇੱਧਰ ਘੁਮਾ ਦਈਏ ਆਪਾਂ ਇਸ ਤਰਫ ਦਿਖਾ ਦਈਏ ਸਾਧ ਸੰਗਤ ਜੀ ਨੂੰ ਇਹ ਮੰਦਰ ਹੈ ਜੀ ਮਸ਼ਹੂਰ ਮੰਦਰ ਜਗਨਨਾਥ ਜੀ ਦਾ ਪੁਰੀ ਔਰ ਇਸ ਦੇ ਬਿਲਕੁਲ ਸਾਹਮਣੇ ਇਹ ਮੰਗੂ ਮੱਠ ਹੈ ਇਹ ਦੇਖੋ ਜੀ ਇਹ ਮੰਗੂ ਮੱਠ ਹੈਗਾ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਥਾਨ ਹੈ ਔਰ ਇਸ ਜਗ੍ਹਾ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਕਿ ਇਸ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਹੈ ਮੈਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਇੱਥੇ ਭੇਜਿਆ ਗਿਆ ਇੱਥੇ ਅਸੀਂ ਆ ਕੇ ਸਭ ਤੋਂ ਪਹਿਲਾਂ ਕਲੈਕਟਰ ਸਾਹਿਬ ਨੂੰ ਮਿਲੇ ਹਾਂ ਉਹਨਾਂ ਕੋਲੋਂ ਜਾਣਕਾਰੀ ਲਈ ਹੈ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਹੈ ਕਿ ਇੱਥੇ ਮੰਗੂ ਮੱਠ ਜਿਹੜਾ ਹੈ ਇਸ ਨੂੰ ਨਹੀਂ ਤੋੜਿਆ ਜਾਏਗਾ ਇਸ ਦੇ ਚਾਰੋਂ ਤਰਫ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਇਨਕਰੋਚਮੈਂਟ ਹੈ ਦੁਕਾਨਾਂ ਹੈ ਕੇਵਲ ਇਸ ਨੂੰ ਤੋੜਿਆ ਜਾਏਗਾ ਅੰਦਰ ਮੰਦਰ ਦੇ ਅਸੀਂ ਜੋ ਸਥਾਨ ਹੈ ਜੋ ਗੁਰੂ ਨਾਨਕ ਸਾਹਿਬ ਦਾ ਮੰਗੂ ਮੱਠ ਉਸ ਜਗ੍ਹਾ ਦੇ ਦਰਸ਼ਨ ਆਪ ਜੀ ਨੂੰ ਪਹਿਲੇ ਕਰਵਾ ਕੇ ਆਏ ਹਾਂ ਹੁਣ ਫਿਰ ਉਸ ਦੇ ਦਰਸ਼ਨ ਕਰਾਵਾਂਗੇ ਔਰ ਉਸ ਜਗ੍ਹਾ ਦੇ ਉੱਤੇ ਉਸ ਸਥਾਨ ਦੇ ਉੱਤੇ ਜੋ ਸਿੱਖ ਹੈਰੀਟੇਜ ਹੈ ਉਸ ਨੂੰ ਪ੍ਰਜ਼ਰਵ ਕੀਤਾ ਜਾਏਗਾ ਇਹ ਕਲੈਕਟਰ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਅਸੀਂ ਉਹਨਾਂ ਨੂੰ ਰਾਈਟਿੰਗ ਦੇ ਵਿੱਚ ਆਸ਼ਵਾਸਨ ਦਿਵਾਉਣ ਵਾਸਤੇ ਕਿਹਾ ਹੈ ਕਿਉਂਕਿ ਜ਼ਬਾਨੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਉਸ ਰਿਪ੍ਰੈਜੈਂਟੇਸ਼ਨ ਦੇ ਜਵਾਬ ਦੇ ਵਿੱਚ ਸਾਨੂੰ ਰਾਈਟਿੰਗ ਦੇ ਵਿੱਚ ਆਸ਼ਵਾਸਨ ਦਿਵਾਓ ਕਿ ਇਸ ਨੂੰ ਨਹੀਂ ਤੋੜਿਆ ਜਾਏਗਾ ਦੂਸਰੀ ਗੱਲ ਇਹ ਹੈ ਕਿ ਇੱਥੇ ਇਸ ਮੰਦਰ ਦੇ ਵਿੱਚ ਇਸ ਸਮੇਂ ਇਸ ਸਥਾਨ ਦੇ ਵਿੱਚ ਚਾਰੋਂ ਤਰਫ ਕੋਈ ਰਸਤਾ ਨਹੀਂ ਇੱਕ ਛੋਟਾ ਜਿਹਾ ਰਸਤਾ ਹੈ ਬਾਕੀ ਸਾਰੀ ਚਾਰੋਂ ਤਰਫ ਇਨਕਰੋਚਮੈਂਟ ਹੋਈ ਹੈ ਸੋ ਕਲੈਕਟਰ ਸਾਹਿਬ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਕੇਵਲ ਇਸ ਇਨਕਰੋਚਮੈਂਟ ਨੂੰ ਤੋੜ ਕੇ ਔਰ ਉਹ ਜੋ ਸਥਾਨ ਹੈ ਉਹ ਬਿਲਕੁਲ ਇਸ ਜਗਨਨਾਥ ਜੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਉਸਨੂੰ ਬਿਊਟੀਫਾਈ ਕਰਾਂਗੇ ਔਰ ਇਸ ਨੂੰ ਤੋੜਿਆ ਨਹੀਂ ਜਾਏਗਾ ਇਸ ਨੂੰ ਦੂਰੋਂ ਤਾਂ ਕਿ ਅੱਜ ਕੋਈ ਵੀ ਇੱਥੇ ਆਉਂਦਾ ਉਸਨੂੰ ਪਤਾ ਨਹੀਂ ਚੱਲਦਾ ਕਿ ਇਹ ਕਿਹੜੀ ਜਗ੍ਹਾ ਹੈ ਕਿਸ ਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਆਏ ਸਨ ਲੇਕਿਨ ਜਦੋਂ ਇਸ ਦਾ ਚਾਰੋਂ ਤਰਫੋਂ ਇਨਕਰੋਚਮੈਂਟ ਹਟ ਜਾਏਗੀ ਤਾਂ ਇਹ ਜਿਹੜਾ ਸਥਾਨ ਹੈ ਇਸ ਨੂੰ ਬਿਲਕੁਲ ਫਰੰਟ ਦੇ ਉੱਤੇ ਲਿਆਂਦਾ ਜਾਏਗਾ ਪੱਲੇ ਫਰੰਟ ਦੇ ਉੱਤੇ ਵਿਊ ਇਹਦਾ ਸਾਰਾ ਹੋ ਜਾਏਗਾ ਅਗਰ ਇਹ ਜੋ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਹੈ ਉਸ ਗੱਲ ਦੇ ਉੱਤੇ ਖੜ੍ਹੇ ਰਹਿੰਦੇ ਆ ਉਸ ਗੱਲ ਨੂੰ ਯਕੀਨੀ ਬਣਾਉਂਦੇ ਆ ਅਤੇ ਮੈਂ ਸਮਝਦਾ ਕਿ ਅਸੀਂ ਉਹਦੇ ਨਾਲ ਸੈਟਿਸਫਾਈ ਹੋਵਾਂਗੇ ਲੇਕਿਨ ਅਸੀਂ ਉਹਨਾਂ ਦੇ ਕੋਲੋਂ ਰਾਈਟਿੰਗ ਦੇ ਵਿੱਚ ਮੰਗਿਆ ਕਿ ਸਾਨੂੰ ਰਾਈਟਿੰਗ ਦੇ ਵਿੱਚ ਦਿਓ ਕਿ ਇਹ ਜਿਹੜਾ ਹੈ ਆਸ਼ਵਾਸਨ ਤੁਸੀਂ ਦੇ ਰਹੇ ਹੋ ਇਹ ਆਸ਼ਵਾਸਨ ਨਹੀਂ ਹੋਏਗਾ ਇਹ ਕੇਵਲ ਆਸ਼ਵਾਸਨ ਨਹੀਂ ਹੈ ਇਸ ਨੂੰ ਯਕੀਨੀ ਬਣਾਓਗੇ ਤੁਸੀਂ ਇਸ ਨੂੰ ਇੰਪਲੀਮੈਂਟ ਕਰੋਗੇ ਦੂਸਰੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਆ ਜਿਹੜਾ ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ ਇੱਥੇ ਵੀ ਇਨਕਰੋਚਮੈਂਟ ਸੀ ਹੈ ਜਿਹੜੀ ਸਾਰੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਨਕਰੋਚਮੈਂਟ ਸੀ ਜਿਹੜੀ ਤੋੜੀ ਗਈ ਹੈ ਇਹ ਬਿਲਕੁਲ ਮੰਦਰ ਦੇ ਸਾਹਮਣੇ ਹੈ ਜਗਨਨਾਥਪੁਰੀ ਜੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਹੈ ਔਰ ਅੱਗੇ ਵੀ ਜਿਹੜੀ ਜਗ੍ਹਾ ਉਹ ਵੀ ਇਹਨਾਂ ਨੇ ਇਹਨਾਂ ਦੀ ਪਲਾਨ ਦੇ ਵਿੱਚ ਹੈ ਤੋੜਨੀ ਹੈ ਔਰ ਇਸ ਤਰਫ ਵੀ ਜਿਹੜੀ ਜਗ੍ਹਾ ਉਹ ਵੀ ਇਹਨਾਂ ਦੀ ਪਲੈਨਿੰਗ ਦੇ ਵਿੱਚ ਹੈ ਜੋ ਕਿ ਇਹ ਅੱਗੇ ਡਿਮੋਲਿਸ਼ ਕੀਤੀ ਜਾਣੀ ਹੈ ਸੋ ਕੁੱਲ ਮਿਲਾ ਕੇ ਅੱਜ ਜੀਰੋ ਜੋ ਗਰਾਊਂਡ ਦੀ ਜੀਰੋ ਰਿਪੋਰਟ ਇਹ ਹੈ ਕਿ ਇਸ ਸਥਾਨ ਦੇ ਉੱਤੇ ਜਿਹੜਾ ਮੰਗੂ ਮੱਠ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਉਹ ਡਿਮੋਲਿਸ਼ ਨਹੀਂ ਕੀਤੀ ਗਈ ਹੈ ਲੇਕਿਨ ਅੱਗੇ ਜੋ ਆਸ਼ਵਾਸਨ ਦਵਾਇਆ ਹੈ ਸਾਨੂੰ ਅਗਰ ਉਸ ਦੇ ਉੱਤੇ ਖਰੇ ਉਤਰਦੇ ਆ ਤਾਂ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਇਹ ਇਤਿਹਾਸਿਕ ਸਥਾਨ ਜਿਹੜਾ ਇਸ ਦੇ ਉੱਤੇ ਵੱਧ ਤੋਂ ਵੱਧ ਸੰਗਤ ਆ ਕੇ ਇੱਥੇ ਦਰਸ਼ਨ ਕਰੇ ਸੰਗਤ ਆਏ ਕਿਉਂਕਿ ਅੱਜ ਅਸੀਂ ਇੱਥੇ ਜਿਸ ਨੂੰ ਵੀ ਮਿਲਦੇ ਹਾਂ ਉਹ ਕਹਿੰਦਾ ਜੀ ਇੱਥੇ ਕਦੀ ਅੱਜ ਤੱਕ ਕੋਈ ਸੰਗਤ ਆ ਕੇ ਦਰਸ਼ਨ ਨਹੀਂ ਕਰਦੀ ਕੋਈ ਸੰਗਤ ਨਹੀਂ ਆਉਂਦੀ ਸਿੱਖ ਸੰਗਤ ਨਹੀਂ ਹੈ ਔਰ ਮੈਂ ਅਪੀਲ ਕਰਾਂਗਾ ਸੰਗਤਾਂ ਨੂੰ ਕਿ ਜਦੋਂ ਵੀ ਤੁਸੀਂ ਉੜੀਸਾ ਦੇ ਵਿੱਚ ਆਓ ਭੁਵਨੇਸ਼ਵਰ ਆਓ ਇਸ ਸਥਾਨ ਦੇ ਉੱਤੇ ਦਰਸ਼ਨ ਜ਼ਰੂਰ ਕਰਕੇ ਜਾਓ ਤਾਂ ਕਿ ਇਹ ਸਾਡੀ ਗੁਰੂ ਨਾਨਕ ਸਾਹਿਬ ਦੀ ਸੰਗਤ ਚਰਨ ਛੋਹ ਪ੍ਰਾਪਤ ਜਗ੍ਹਾ ਜਿਹੜੀ ਸਥਾਨ ਹੈ ਇਸ ਦੇ ਉੱਤੇ ਵੱਧ ਤੋਂ ਵੱਧ ਸੰਗਤ ਦੇ ਚਰਨ ਪੈਣ ਔਰ ਇੱਥੇ ਜਿਹੜੀ ਇਸ ਦੀ ਸੇਵਾ ਸੰਭਾਲ ਜਿਹੜੀ ਆ ਹੋਏ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਅਸੀਂ ਕਲੈਕਟਰ ਸਾਹਿਬ ਨੂੰ ਜੋ ਰਿਪ੍ਰੈਜੈਂਟੇਸ਼ਨ ਦਿੱਤੀ ਆ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਸਥਾਨ ਦੀ ਅੱਗੇ ਜੋ ਵੀ ਸੇਵਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਥੋਂ ਦੀ ਜੋ ਲੋਕਲ ਸੰਗਤ ਹੈ ਇੱਥੇ ਆਰਤੀ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਸੰਗਤ ਬਾਬਾ ਜੀ ਜੋ ਕਰ ਰਹੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਗੇ ਦੀ ਜਿਹੜੀ ਇੱਥੋਂ ਦੀ ਸੇਵਾ ਉਹ ਕੀਤੀ ਜਾਵੇ ਔਰ ਇੱਥੇ ਦੀ ਜੋ ਵੀ ਬਿਊਟੀਫਿਕੇਸ਼ਨ ਹੋਣੀ ਹੈ ਲੇਕਿਨ ਇਸ ਜਗ੍ਹਾ ਦੇ ਉੱਤੇ ਸਾਨੂੰ ਸਖਤ ਇਤਰਾਜ਼ ਹੈ ਕਿ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਡਿਮੋਲਿਸ਼ ਨਹੀਂ ਕੀਤਾ ਜਾਏ ਔਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਔਰ ਮੈਂ ਇੱਥੇ ਸਾਧ ਸੰਗਤ ਜੀ ਆਪ ਜੀ ਨਾਲ ਸਾਂਝ ਪਾਉਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਉਪਰਾਲਾ ਕੀਤਾ ਉਹਨਾਂ ਨੇ ਡੈਲੀਗੇਸ਼ਨ ਸਪੈਸ਼ਲੀ ਭੇਜਿਆ ਮਨਜਿੰਦਰ ਸਿੰਘ ਸਿਰਸਾ ਜੀ ਨੇ ਇੱਕ ਇੱਕ ਪਲ ਪਲ ਦੀ ਰਿਪੋਰਟ ਸਵੇਰ ਤੋਂ ਹੀ ਲੈ ਰਹੇ ਨੇ ਕਿ ਕੀ ਹੋ ਰਿਹਾ ਇਸ ਜਗ੍ਹਾ ਦੇ ਉੱਤੇ
ਜਿਹੜਾ ਹੈ ਉਹ ਬਿਲਕੁਲ ਸਰਕਾਰ ਦੇ ਵੀ ਟੱਚ 'ਚ ਨੇ ਔਰ ਡੀ ਸੀ ਸਾਹਿਬ ਦੇ ਵੀ, ਕਲੈਕਟਰ ਸਾਹਿਬ ਦੇ ਟੱਚ 'ਚ ਨੇ ਔਰ ਬਿਲਕੁਲ ਉਪਰਾਲਾ ਕੀਤਾ ਜਾ ਰਿਹਾ ਕਿ ਇਸ ਸਥਾਨ ਨੂੰ ਜਿਹੜਾ ਹੈ ਇਹ ਡਿਮੋਲਿਸ਼ ਨਾ ਹੋਣ ਦਿੱਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।